ਸੱਚੀ ਔਰ ਕੜਵੀ ਕਹਾਵਤ ਹੈ ਕਿ ਪੇਟ ਨਾ ਪਈਆਂ ਰੋਟੀਆਂ ਅਤੇ ਸਭੇ ਗੱਲਾਂ ਖੋਟੀਆਂ। ਵੈਲਕਮ ਬੈਕ ਔਨ ਜੀਓ ਕੈਨੇਡਾ। ਔਰ ਮਿਲਦੇ ਨੇ ਜੀ ਇੱਥੇ ਗੋਲ ਗੱਪੇ, ਨਾਲ ਮਿਲਦੀ ਪਈ ਪਾਓ ਭਾਜੀ, ਕਿਆ ਕਹਿਣੇ, ਔਰ ਕੀ ਸਮਾਨ ਆਪ ਨੂੰ ਮਿਲ ਸਕਦਾ। ਖਾਣ ਪੀਣ ਦੀ ਹਰ ਚੀਜ਼ ਆਪ ਨੂੰ ਮਿਲੇਗੀ। ਔਰ ਬਰਾੜ ਵਾਲੋਂ ਨੇ ਲਾਇਆ ਜੀ ਇੱਥੇ ਆਪਣਾ ਖਾਣ ਪੀਣ ਦਾ ਹਿਸਾਬ ਕਿਤਾਬ, ਬਹੁਤ ਵਧੀਆ। ਅਤੇ ਮੇਲੇ ਜਾਓ, ਤੁਹਾਨੂੰ ਗਰਮਾ ਗਰਮ ਜਲੇਬੀਆਂ ਨਾਲ ਮਿਲੀਆਂ, ਚੋਂ ਮੇਲਾ ਕਾਹਦਾ। ਅਤੇ ਮੇਲੇ ਗਰਮ ਜਲੇਬੀਆਂ ਵੀ ਮਿਲ ਰਹੀਆਂ ਨੇ ਜੀ, ਔਰ ਬਹੁਤ ਹੀ ਟੇਸਟੀ। ਔਰ ਨਾਲ ਗਰਮ ਗਰਮ ਪਕੌੜੇ, ਚਾਹ, ਬਹੁਤ ਹੀ ਵਧੀਆ ਰੰਗ। ਅਤੇ ਮੇਲਾ ਸ਼ੁਰੂ ਹੋ ਰਿਹਾ, ਲੇਕਿਨ ਸਾਡੇ ਆਪਣੇ ਲੋਕਾਂ ਨੇ ਆਪਣਾ ਹੀ ਪ੍ਰੋਗਰਾਮ ਬੜਾ ਵਧੀਆ ਕੀਤਾ ਹੋਇਆ। ਨਾਲ ਨਾਲ ਮੇਲਾ ਵੀ ਦਿਖਾਉਂਦੇ ਹਾਂ ਆਪ ਨੂੰ, ਨਾਲ ਉਹਨਾਂ ਦੀ ਕਲਿੱਪਾਂ ਵੀ ਦਿਖਾਉਂਦੇ ਹਾਂ, ਜੋ ਕਿ ਕਾਫੀ ਇੰਜੋਏ ਕੀਤਾ। ਔਰ ਸਵੀਟ ਕੋਰਨ ਜੋ ਕਿ ਕਾਫੀ ਮਿੱਠੇ ਹੁੰਦੇ ਨੇ, ਇਹ ਵੀ ਇੰਜੋਏ ਕਰ ਸਕਦੇ ਹੋ, ਬਹੁਤ ਵਧੀਆ ਟੇਸਟੀ, ਬਹੁਤ ਮਿੱਠੇ। ਤਾਂ ਆਈਏ ਕਰਦੇ ਨੇ ਇੰਜੋਏ ਅੱਜ ਦੇ ਮੇਲੇ ਦਾ। ਸੱਸ ਤੇ ਸਹੁਰਾ ਚੱਲੇ ਰੇ ਜੇਠ ਜਠਾਣੀ ਚੱਲੇ ਰੇ ਹੁੱਲੇ ਰੇ ਦੇਰ ਦਰਾਣੀ ਹੁੱਲੇ ਰੇ ਅਸੀਂ ਮੇਲੇ ਹੁੱਲੇ ਕੰਤ ਤੇ ਸੌਂਕਣ ਚੱਲੇ ਰੇ ਹੁੱਲੇ ਮੈਨੂੰ ਛੱਡ ਚੱਲੇ ਰੇ ਹੁੱਲੇ ਮੈਨੂੰ ਫੁੱਕ ਤੇ ਆਈ ਰੇ ਹੁੱਲੇ ਹੁੱਲੇ ਮੈਂ ਵੀ ਕੋਠੀ ਪੰਨੀ ਰੇ ਹੁੱਲੇ ਹੁੱਲੇ ਕੋਠੀ ਪੰਨੀ ਰੇ ਹੁੱਲੇ ਹੁੱਲੇ ਰੇ ਮੈਂ ਵੀ ਟਾਂਗਾ ਕੀਤਾ ਰੇ ਦੁਨੀਆਂ ਮੇਲੇ ਜਾਂਦੀ ਏ ਸੋਹਣਿਆ ਹਾਰ ਸ਼ਿੰਗਾਰ ਲਗਾ ਕੇ ਦੁਨੀਆਂ ਮੇਲੇ ਜਾਂਦੀ ਏ ਸੋਹਣਿਆ ਹਾਰ ਸ਼ਿੰਗਾਰ ਲਗਾ ਕੇ ਚੱਲ ਅਸੀਂ ਵੀ ਚੱਲੀਏ ਵੇ ਤਾਰਾ ਵਜਦਾ ਵੇ ਸੋਹਣਿਆ। ਸੱਤ ਸਮੁੰਦਰ ਪਾਰ ਆਪਣੇ ਵਤਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਨਿਆਗਰਾ ਫਾਲ ਦੇ ਸਾਹਮਣੇ ਪੰਜਾਬੀ ਮੇਲਾ ਆਪਣੇ ਪੰਜਾਬ ਦੇ ਕਲਚਰ ਨੂੰ ਜ਼ਿੰਦਾ ਰੱਖਦੇ ਹੋਏ ਚਿਲ ਫਨ ਔਰ ਮਸਤੀ ਅਤੇ ਫੁੱਲ ਸੀ। ਕਦੀ ਮੌਕਾ ਲੱਗੇ ਤਾਂ ਮੌਕਾ ਮਿਸ ਨਾ ਕਰਨਾ। ਇਹ ਸਤੰਬਰ 'ਚ ਲੱਗਦਾ ਹਰ ਸਾਲ ਮੇਲਾ, ਔਰ ਬਹੁਤ ਹੀ ਇੰਜੋਏ ਕੀਤਾ। ਔਰ ਦਿਲੀ ਧੰਨਵਾਦ ਸਾਰੀ ਮੈਨੇਜਮੈਂਟ ਟੀਮ ਦਾ, ਸਾਰੇ ਆਏ ਲੋਕਾਂ ਦਾ, ਸਾਡੀ ਵੀਡੀਓ ਦੇਖਣ ਵਾਲੇ ਦਾ, ਕਿ ਵਾਹਿਗੁਰੂ ਕਰੇ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਔਰ ਪਲੀਜ਼ ਸਬਸਕ੍ਰਾਈਬ, ਲਾਈਕ, ਕਮੈਂਟ ਜ਼ਰੂਰ ਕਰਿਆ ਕਰੋ। ਆਪ ਦੀ ਹੌਸਲਾ ਅਫਜਾਈ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤਲਾਸ ਜਾਂਦੇ ਵੱਧਦੇ ਰਹੋ ਔਰ ਕਰੋ ਇੰਜੋਏ ਮੇਲੇ ਦਾ। ਥੈਂਕ ਯੂ। ਮੇਲਾ ਮੇਲੀਆਂ ਦਾ ਅਤੇ ਯਾਰਾਂ ਬੇਲੀਆਂ ਦਾ, ਥੈਂਕ ਯੂ ਸੋ ਮਚ ਆਪ ਸਾਰਿਆਂ ਦਾ। ਰਤਨਾ ਰਤਨਗੜ ਕੋਲੋ ਕੋਲੀ ਵਿੱਚ ਰਤਨੇ ਦੇ ਠਾਲਾ ਬੋਲੀ ਆਪਣੀ ਬੋਲਣ ਉਹ ਤਾਂ ਬੋਲੀ ਆਪਣੀ ਬੋਲਣ ਦਾ ਲੈਣੀ ਕੀ ਜਾਣਾ ਜਦ ਮੈਂ ਹੋ ਗਈ ਸਮਝਣ ਜੋਗੀ
ਜਦ ਮੈਂ ਹੋ ਗਈ ਸਾਂਭਣ ਜੋਗੀ ਫੇਰ ਬਦਲ ਗਿਆ ਠਾਣਾ ਚਿੱਠੀਆਂ ਮੈਂ ਲਿਖਦੀ ਪੜ ਮੁੰਡਿਆ ਅਣ ਜਾਣਾ ਚਿੱਠੀਆਂ ਮੈਂ ਲਿਖਦੀ। ਬੱਲੇ ਹੋਏ ਪੰਜਾਬ ਦਿਓ ਸ਼ੇਰ ਬੱਚਿਓ, ਅੱਜ ਕੱਲ੍ਹ ਮੌਸਮ ਵੀ ਬਹੁਤ ਅੱਛਾ ਔਰ ਮੌਸਮ ਦਾ ਪੂਰਾ ਆਨੰਦ ਮਾਣਦੇ ਹੋਏ ਸਾਡੇ ਸਾਰੇ ਸੱਜਣ ਬੇਲੀ ਥਕਾਈਏ ਕਰਦੇ ਹਾਂ ਜੀ ਇੰਜੋਏ। ਟੰਡਾ ਪਾਵੇ ਰਾਮ ਕਹਾਣਾ ਬਈ ਤੂੜੀ ਖਾਂਦੇ ਬੰਦ ਹਾਰ ਗਏ ਤੂੜੀ ਖਾਂਦੇ ਬੰਦ ਹਾਰ ਗਏ ਕਬਰੂ ਚੜ ਗਏ ਫੀਮਨ ਤੇਰੀ ਲੱਗ ਪਈਏ ਕਦੀ ਅੱਖੀਆਂ ਭਰਦੇ ਹਾਂ ਜਦੋਂ ਮਿਲੀਏ ਯਾਰ ਪੰਜਾਬੀ ਪਿੰਡ ਦੀਆਂ ਗੱਲਾਂ ਕਰਦੇ ਹਾਂ ਮੇਲੇ ਕੀ ਮਸਤੀ ਘੱਟ ਨਹੀਂ ਸੀ ਲੇਕਿਨ ਸਾਡੇ ਆਪਣੇ ਸੱਜਣ ਬੇਲੀਆਂ ਦਾ ਵੀ ਰੰਗ ਖੂਬ ਜਮਾਇਆ ਇਹਨਾਂ ਨੇ ਖੂਬ ਇੰਜੋਏ ਕੀਤਾ ਬਾਬੇ ਪੰਜਾਬਾਂ ਦੇ ਸੋਨੀਆਂ ਵੇ ਜੱਗ ਜਿਉਂਦਿਆਂ ਦੇ ਮੇਲੇ ਔਰ ਵਾਕਿਆ ਮੈਂ ਉਮਰ ਕੋ ਬਹੁਤ ਪਿੱਛੇ ਛੋੜਦੇ ਹੋਏ ਹਮਾਰੇ ਸੱਜਣ ਬੇਲੀ ਸਾਰੇ ਬਹੁਤ ਹੀ ਫੁੱਲ ਇੰਜੋਏ ਚਿਲ ਫਨ ਮਸਤੀ ਹਮਾਰੀ ਬਹਿਨੇ ਔਰ ਹਮਾਰੀ ਬੱਚਿਆਂ ਵੀ ਦੇਖ ਸਕਦੇ ਹੋ ਫੁੱਲ ਇੰਜੋਏ ਕਰਦੇ ਹੋਏ ਯਹਾਂ ਪਰ ਬਹੁਤ ਹੀ ਬੜੀਆ ਦਿਨ ਅੱਜ ਕਾ ਕਭੀ ਨਾ ਭੁੱਲਣੇ ਵਾਲਾ ਔਰ ਕਿਆ ਕਹਿਣੇ ਕਿ ਬਾਬੇ ਭੰਗੜਾ ਪਾਉਂਦੇ ਬਹੁਤ ਇੰਜੋਏ ਕੀਤਾ ਇਹਨਾਂ ਨੇ ਬੜੇ ਬੜੇ ਕਲਾਕਾਰ ਵੀ ਲੋਕ ਆਏ ਹੋਏ ਥੇ ਲੇਕਿਨ ਕਿ ਕਲਾਕਾਰੀ ਵੀ ਕਿਸੇ ਸੇ ਕਮ ਨਹੀਂ ਹੈ। ਫਿਲਹਾਲ ਸਮਾਂ ਹੋ ਗਿਆ ਜੀ ਹਮਾਰਾ ਘਰ ਵਾਪਸੀ ਕਾ ਲੇਕਿਨ ਬਹੁਤ ਹੀ ਚਿਲ ਫਨ ਮਸਤੀ ਫੁੱਲ ਇੰਜੋਏ ਕੀਆ ਔਰ ਥੈਂਕ ਯੂ ਸੋ ਮਚ ਹਮਾਰੀ ਵੀਡੀਓ ਦੇਖਣੇ ਕੇ ਲੀਏ ਔਰ ਅਗਰ ਸਾਡੇ ਚੈਨਲ 'ਤੇ ਪਹਿਲੀ ਵਾਰ ਆ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਪ੍ਰੈਸ ਬੈਲ ਆਈਕੋਨ
ਫਿਲਹਾਲ ਜਿਉਂਦੇ ਵੱਸਦੇ ਰਹੋ, ਇਜਾਜ਼ਤ, ਜੀਓ।